ਸੱਚੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲਾ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਅੱਜ ਦੀਆਂ ਖਬਰਾਂ ਸਟਾਰਟ ਕਰਨ ਤੋਂ ਪਹਿਲਾਂ ਇਹ ਤੁਹਾਨੂੰ ਦੱਸਾਂਗੇ ਕਿ ਕਿਸੇ ਹਿਸਾਬ ਦੇ ਨਾਲ ਤੁਸੀਂ ਜਿਹੜੀ ਸਾਡੀ ਆਫੀਸ਼ੀਅਲ ਵੈਬਸਾਈਟ ਆ ਉਹਨੂੰ ਖੋਲ ਸਕਦੇ ਆ ਸਾਨੂੰ ਬਹੁਤ ਸਾਰੇ ਮੈਸੇਜ ਆ ਰਹੇ ਨੇ ਕਿ ਸਮਝ ਨਹੀਂ ਲੱਗਤ ਤੁਸੀਂ ਸਾਡੀ ਵੈਬਸਾਈਟ ita-punjabi.com ਉੱਤੇ ਜਾਓ ਜੀ ਸਭ ਤੋਂ ਪਹਿਲੇ ਨੰਬਰ ਤੇ ਵੈਬਸਾਈਟ ਦਾ ਲਿਖਿਆ ਹੋਣਾ ਉਸ ਤੇ ਕਲਿੱਕ ਕਰਨਾ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਉਹ ਆਫੀਸ਼ੀਅਲ ਵੈਬਸਾਈਟ ਆ ਖੁੱਲ ਜਾਣੀ ਆ ਓਪਨ ਹੋ ਜਾਏਗੀ ਅਤੇ ਅੱਜ ਦੀਆਂ ਖਬਰਾਂ ਦੇ ਵਿੱਚ ਅਸੀਂ ਕੈਸ਼ਬੈਕ ਬਾਰੇ ਵੀ ਗੱਲ ਕਰਾਂਗੇ ਜਿਹੜੀ ਐਪਲੀਕੇਸ਼ਨ ਡਾਊਨਲੋਡ ਕਿੱਦਾਂ ਕਰਨੀ ਹੈ ਰਜਿਸਟ੍ਰੇਸ਼ਨ ਕਿੱਦਾਂ ਕਰਨੀ ਹੈ ਤੇ ਉਹਦੇ ਪੈਸੇ ਕਿਵੇਂ ਹਸਾਬ ਦੇ ਨਾਲ ਸਾਰੀਆਂ ਗੱਲਾਂ ਕਰਾਂਗੇ ਪਰ ਸ਼ੁਰੂਆਤੀ ਤੌਰ ਤੇ ਅਸੀਂ ਗੱਲ ਕਰਦੇ ਹਾਂ ਜੀ ਕੱਲ 7 ਦਸੰਬਰ ਨੂੰ ਇਟਲੀ ਦੇ ਵਿੱਚ 13720 ਕੇਸ ਆਏ ਸੀ 19638 ਮਰੀਜ਼ ਠੀਕ ਹੋ ਗਏ ਤੇ 528 ਮਰੀਜ਼ਾਂ ਦੀ ਮੌਤ ਹੋਈ ਸੀ ਇਹ ਸਭ ਦੇਖਣ ਤੋਂ ਪਹਿਲਾਂ ਅਸੀਂ ਅੱਜ ਦੀਆਂ ਮੁੱਖ ਖਬਰਾਂ ਵੇਖਦੇ ਹਾਂ ਜੀ ਸਭ ਤੋਂ ਪਹਿਲਾਂ ਅਪਡੇਟ ਜਰਮਨ ਦੁਆਰੇ ਹੈ ਜੀ ਜਿੱਥੇ 1454 ਨਵੇਂ ਕੇਸ ਹਨ 423 ਮਰੀਜ਼ਾਂ ਦੀ ਮੌਤ ਲਾਸਟਲੀ 24 ਘੰਟਿਆਂ ਦੇ ਵਿੱਚ ਹੋਈ ਹੈ ਜੀ ਅੱਜ ਇਟਲੀ ਦੇ ਵਿੱਚ ਪੂਰੀ ਇਟਲੀ ਦੇ ਵਿੱਚ ਜਿੰਨੇ ਵੀ ਚੈਂਟਰੀ ਕਮਰਚਾਲੀਆ ਤੇ ਦੁਕਾਨਾਂ ਨੇ ਸਾਰੀਆਂ ਨਹੀਂ ਸਾਰੀਆਂ ਬੰਦ ਨੇ ਜੀ ਕਿਉਂਕਿ ਅੱਜ ਅੱਜ ਫੈਸਲਾ ਅੱਜ ਛੁੱਟੀ ਹੈ ਇਸ ਕਰਕੇ ਛੁੱਟੀ ਵਾਲੇ ਦਿਨਾਂ ਦੇ ਵਿੱਚ ਪੂਰੇ ਦੁਕਾਨਾਂ ਜਿਹੜੀਆਂ ਨੇ ਬੰਦ ਰਹਿਣਗੀਆਂ ਸਿਰਫ ਮੈਡੀਕਲ ਸਟੋਰ ਜਾਂ ਫਿਰ ਕੋਈ ਸੇ ਵੀ ਤਰ੍ਹਾਂ ਦੇ ਪ੍ਰਕਾਰ ਦੀ ਜਿੱਥੋਂ ਅਖਬਾਰਾਂ ਮਿਲਦੀਆਂ ਨੇ ਖਾਣ ਪੀਣ ਦੀਆਂ ਚੀਜ਼ਾਂ ਮਿਲਦੀਆਂ ਨੇ ਉਹੀ ਜਾਂ ਤਬਾਕੀਆਂ ਹੀ ਖੁੱਲੀਆਂ ਰਹਿਣਗੀਆਂ ਬਾਕੀ ਹਰ ਤਰ੍ਹਾਂ ਦੀ ਮਾਰਕੀਟ ਹੈ ਜਿਹੜੀ ਅੱਜ ਪੂਰਾ ਦਿਨ ਬੰਦ ਰਹਿਣੀ ਹੈ ਜੀ ਅਗਲਾ ਅਪਡੇਟ ਸੁਚੀਲੀਆ ਤੋਂ ਆ ਰਿਹਾ ਜੀ ਉੱਥੇ ਦੇ ਜਿਹੜੇ ਸ਼ੂਧੀਆਂ ਬਿਮਾਰੀਆਂ ਦੇ ਐਕਸਪਰਟ ਨੇ ਉਹ ਕਹਿ ਰਹੇ ਨੇ ਕਿ ਸੁਚੀਲੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਗਲਤੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਛੁੱਟੀਆਂ ਖਤਮ ਹੁੰਦੇ ਹੀ ਸਭ ਤੋਂ ਵੱਧ ਹਾਂਜੀ ਹਾਂਜੀ ਸੁਚੀਲੀਆ ਦੇ ਵਿੱਚ ਦੇਖਣ ਨੂੰ ਮਿਲਣਗੇ ਉਹਨਾਂ ਦੀ ਇਹ ਇਹ ਗੱਲ ਕਹਿ ਰਹੇ ਨੇ ਜੀ ਇੰਗਲੈਂਡ ਦੇ ਵਿੱਚ ਅੱਜ ਜਿਹੜੀ ਵੈਕਸੀਨ ਲਗਣੀ ਸਟਾਰਟ ਹੋ ਗਈ ਹੈ ਜੀ ਸਭ ਤੋਂ ਪਹਿਲੇ ਨੰਬਰ ਜਿਹਨੇ ਵੈਕਸੀਨ ਲਵਾਈ ਹੈ ਜੀ ਉਹਨਾਂ ਦਾ ਨਾਮ ਆ ਇੱਕ 90 ਸਾਲ ਦੀ ਔਰਤਾ ਮਾਰਗਰੇਟ ਕੈਨਨਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ ਵੈਕਸੀਨ ਲਵਾਈ ਹੈ ਜੀ ਅਬਰੂਤਸ ਦੇ ਪ੍ਰੈਜ਼ੀਡੈਂਟ ਮਾਰਕੋ ਮਰਸੀਲਿਓ ਜੀ ਵੀ ਸਰਕਾਰ ਦੇ ਨਾਲ ਮੁੰਡੇ ਨਾਲ ਮੁੰਡਾ ਲਾਨ ਨੂੰ ਤਿਆਰ ਹੋ ਗਏ ਨੇ ਉਹ ਕਹਿ ਰਹੇ ਨੇ ਜੀ ਅਸੀਂ ਆਪਾਂ ਬੈਕ ਨਹੀਂ ਜਾਣਾ ਜੋ ਫੈਸਲਾ ਲੈ ਲਿਆ ਸੋ ਲੈ ਲਿਆ ਅਸੀਂ ਸੰਗਤ ਰਹੀਆਂ ਤੇ ਸੰਗਤ ਹੀ ਰਹਾਂਗੇ ਬਾਕੀ ਜਿਹੜੇ ਪੀਲੇ ਜ਼ੋਨ ਆ ਉਹਨਾਂ ਦੇ ਨਾਲ ਸਾਡੀ ਜਿਹੜੀ ਸਿਚੁਏਸ਼ਨ ਬਹੁਤ ਹੀ ਵਧੀਆ ਹੈ ਜੀ ਅਤੇ ਚਾਈਨਾ ਦੇ ਵਿੱਚ ਲਾਗੂ ਹੋਈਆਂ ਕੁਝ ਨਵੀਆਂ ਪਾਬੰਦੀਆਂ ਜਿਨ੍ਹਾਂ ਦੇ ਵਿੱਚ ਹਾਂਗਕਾਂਗ ਦੇ ਵਿੱਚ ਜਿਮ ਅਤੇ ਨੱਚਣ ਟੱਪਣ ਦੇ ਜਿਹੜੇ ਡਿਸਕੋਟੇਕ ਆ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਜੀ ਜਰਮਨ ਤੋਂ ਵੱਡੇ ਟਾਰੇ ਜੀ ਕਿ ਜਰਮਨ ਦੇ ਵਿੱਚ ਆਉਣ ਵਾਲਾ ਜਿਹੜਾ ਲੋਕਡਾਊਨ ਬਹੁਤ ਹੀ ਜ਼ਿਆਦਾ ਖਤਰਨਾਕ ਹੋਏਗਾ ਖਤਰਨਾਕ ਕਿਉਂ ਕਹਿ ਰਹੇ ਬਹੁਤ ਹੀ ਜ਼ਿਆਦਾ ਸਖਤਾਈ ਕੀਤੀ ਜਾਊਗੀ ਬਹੁਤ ਹੀ ਜ਼ਿਆਦਾ ਪਾਬੰਦੀਆਂ ਲਗੀਆਂ ਜਾਣਗੀਆਂ ਜੋ ਕਿ 27 ਦਸੰਬਰ ਤੋਂ ਲੈ ਕੇ 3 ਜਨਵਰੀ ਜਾਂ ਫਿਰ 10 ਜਨਵਰੀ ਤੱਕ ਲਾਗੂ ਰਹਿਣਗੀਆਂ ਜੀ ਲੋ ਚਾਨਲ ਮੁਰਜੀ ਲੰਬੋਰ ਜੀ ਦਾ ਬਿਆਨ ਆਇਆ ਕਿ ਮੈਂ ਬਿਲਕੁਲ ਠੀਕ ਹਾਂ ਪਰ ਮੈਂ ਕਦੇ ਇਹ ਨਹੀਂ ਸੀ ਸੋਚਿਆ ਕਿ ਇਹ ਬਿਮਾਰੀ ਮੇਰੇ ਪੱਲੇ ਵੀ ਪੈ ਜਾਊਗੀ ਮੈਨੂੰ ਵੀ ਲੱਗ ਸਾਦੀ ਉਦਰੀ ਪ੍ਰੋਫੈਸਰ ਲੁਈਜੀ ਲੋਪਾਲ ਕੋ ਜੋ ਕਿ ਯੂਨੀਵਰਸਿਟੀ ਪੀਜ਼ਾ ਦੇ ਵਿੱਚ ਪ੍ਰੋਫੈਸਰ ਨੇ ਉਹ ਕਹਿ ਰਹੇ ਨੇ ਜੀ ਕਿ ਜਿਹੜਾ ਤਿਰਸਾ ਹੁੰਦਾ ਹੈ ਜੋ ਤੀਜੀ ਲਹਿਰ ਆਣੀ ਹੀ ਆਣੀ ਹੈ ਇਹਨੂੰ ਅਸੀਂ ਕਿਸੇ ਵੀ ਤਰ੍ਹਾਂ ਰੋਕ ਨਹੀਂ ਸਕਦੇ ਸਭ ਤੋਂ ਪਹਿਲਾਂ ਸ਼ੁਰੂਆਤ ਬਿੰਚੈਂਸੋ ਦੇ ਲੋਕਾਂ ਨੇ ਕੀਤੀ ਜੋ ਕਿ ਸਰਕਾਰ ਦੇ ਨਾਲ ਟੱਕਰ ਲੈ ਲਹਿ ਰਹੇ ਸੀ ਉਸ ਤੋਂ ਬਾਅਦ ਹੁਣ ਅਬਰੂਤਸੋ ਦੇ ਪ੍ਰੈਜ਼ੀਡੈਂਟ ਨੇ ਉਹ ਵੀ ਗੱਲਬਾਤ ਉਹਨਾਂ ਦੇ ਵੀ ਜਿਹੜੇ ਤੌਰ ਤਰੀਕੇ ਨੇ ਇਦਾਂ ਦੇ ਨੇ ਪਰ ਹੁਣ ਤੁਸਕਾ ਨਾ ਵੀ ਆਪਣੇ ਖੰਭ ਖਿਲਾਰ ਰਿਹਾ ਜੀ ਕੀ ਕਹਿ ਰਿਹਾ ਜੀ ਉਹ ਕਹਿ ਰਿਹਾ ਜੀ ਸਾਡੇ ਜਿਸ ਹਿਸਾਬ ਦੇ ਨਾਲ ਨਵੇਂ ਨਵੇਂ ਬੰਦੇ ਮਰੀਜ਼ ਆ ਰਹੇ ਨੇ ਉਸ ਹਿਸਾਬ ਦੇ ਨਾਲ ਆਪਾਂ ਸੰਗਤ ਨਹੀਂ ਅਸੀਂ ਪੀੜੇ ਆ ਜੀ ਅਤੇ ਸਵੇਸਤ ਆ ਰਹੀ ਜੀ ਇੱਕ ਬਹੁਤ ਹੀ ਬੁਰੀ ਖਬਰ ਅਸូវਿਸ 10 ਦਸੰਬਰ ਤੋਂ ਵੀਰਵਾਰ 10 ਦਸੰਬਰ ਤੋਂ ਜਿੰਨੀਆਂ ਵੀ ਟ੍ਰੇਨਾਂ ਹੇਟਲੀ ਵੱਲ ਨੂੰ ਆ ਰਹੀਆਂ ਸਾਰੀਆਂ ਨੂੰ ਰੱਦ ਕਰਨ ਦੇ ਲਈ ਬੰਦ ਕਰਨ ਦੇ ਲਈ ਸੋਚ ਰਿਹਾ ਜੀ ਇਹ ਜੋ ਟ੍ਰੇਨਾਂ ਆ ਰਹੀਆਂ ਸੀ ਸਪੈਸ਼ਲੀ ਕੋਮੋ ਵਰੇਜ਼ ਤੇ ਤਿਜੀਨੋ ਵੱਲ ਵੱਲ ਨੂੰ ਆਂਦੀਆਂ ਸੀ ਬੰਦ ਕਰਨ ਦਾ ਕਾਰਨ ਕੀ ਹੈ ਉਹ ਇਹ ਇਦਾਂ ਕਹਿ ਰਿਹਾ ਜੀ ਕਿ ਸਰ ਇਟਾਲੀਅਨ ਸਰਕਾਰ ਜਿੰਨੇ ਵੀ ਕਾਨੂੰਨ ਫਾਲੋ ਕਰਨ ਦੀ ਗੱਲਬਾਤ ਕਰਦੇ ਜਿੰਨੀਆਂ ਵੀ ਪ੍ਰੋਟੋਕੋਲ ਲਾਗੂ ਕੀਤੀਆਂ ਨੇ ਇੰਨੇ ਪ੍ਰੋਟੋਕੋਲਾਂ ਨੂੰ ਅਸੀਂ ਫਾਲੋ ਨਹੀਂ ਕਰ ਸਕਦੇ ਇਸ ਕਰਕੇ ਸਾਨੂੰ ਮਜਬੂਰਨ ਸਾਡੀਆਂ ਜਿਹੜੀ ਟ੍ਰੈਨਰ ਨੂੰ ਰੱਦ ਕਰਨਾ ਪੈ ਰਿਹਾ ਜੀ ਇੰਗਲੈਂਡ ਦੇ ਵਿੱਚ ਅੱਜ ਵੈਕਸੀਨ ਸ਼ੁਰੂ ਹੋ ਗਈ ਹੈ ਜਿੱਥੇ ਸਭ ਤੋਂ ਪਹਿਲੀ ਲੇਡੀ ਦਾ ਨਾਮ ਦੱਸਿਆ ਗਿਆ ਉੱਥੇ ਹੀ ਪਹਿਲੇ ਬੰਦੇ ਦਾ ਵੀ ਨਾਮ ਦੱਸਣਾ ਬਹੁਤ ਲਾਜ਼ਮੀ ਹੈ ਜ਼ਰੂਰੀ ਹੈ ਜੀ ਵੀ ਫਾਈਜ਼ਰ ਬਿਉਨਟੈਕ ਜਿਹੜੀ ਅੱਜ ਲਗਣੀ ਸ਼ੁਰੂ ਹੋਈ ਜੀ 81 ਸਾਲ ਦਾ ਬੰਦਾ ਜਿਹਦਾ ਨਾਮ ਹੈ ਜੀ ਵਿਲੀਅਮ ਸ਼ੈਕਸਪੀਅਰ ਨਾਮ ਦਾ ਇੱਕ ਬੰਦਾ ਜਿਹਦੇ ਜਿਹਦੇ ਅੱਜ ਪਹਿਲੀ ਵਾਰ ਵੈਕਸੀਨ ਲੱਗੀ ਹੈ ਜੀ ਬਾਅਦ ਚ ਦੇਖਾਂਗੇ ਉਹਦਾ ਕੀ ਸਿੱਟਾ ਨਿਕਲਦਾ ਜਾਂ ਫਿਰ ਕੀ ਨਹੀਂ ਨਿਕਲਦਾ ਹਾਲ ਤੋ ਆਜੀ ਦੇ ਵਿੱਚ 163 ਨਵੇਂ ਕੇਸ ਆਏ ਨੇ ਅਤੇ 11 ਦੀ ਮੌਤ ਹੋਈ ਹੈ ਉਮਰੀਆਂ ਦੇ ਵਿੱਚ 9 ਮਰੀਜ਼ਾਂ ਦੀ ਮੌਤ ਹੋਈ ਹੈ ਪਰ ਉੱਥੇ ਜਿਹੜੀਆਂ ਬੰਦੇ ਨਵੇਂ ਪੋਜ਼ੀਟਿਵ ਹੋਣ ਦੀ ਜਿਹੜੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਜੀ ਹੁਣ ਦੇਖਦੇ ਹਾਂ ਜੀ ਤੁਸੀਂ ਕਿਸੇ ਹਿਸਾਬ ਦੇ ਨਾਲ ਜਿਹੜੀ ਐਪਲੀਕੇਸ਼ਨ ਆ ਕੈਸ਼ਬੈਕ ਵਾਲੀ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਣਾ ਆਈਫੋਨ ਜਾਂ ਫਿਰ ਤੁਹਾਡੇ ਕੋਲ Android ਜਿਹੜਾ ਵੀ ਮੋਬਾਈਲ ਹੈਗਾ ਤੁਸੀਂ ਉਹਦੇ ਉੱਤੇ iOS ਜਾਂ ਫਿਰ Android ਉੱਤੇ ਆਪਣੇ Play Store ਜਾਂ ਫਿਰ Apple Store ਤੇ ਜਾਓ ਅਸੀਂ Apple Store ਤੇ ਚੱਲੇ ਹਾਂ ਜੀ ਅਤੇ ਇੱਥੇ ਜਾ ਕੇ ਤੁਸੀਂ ਸਰਚ ਕਰਨਾ ਜੀ ਆਪੀਓ एपीपी आईओ एपੀ ਨੂੰ ਐਪ ਆਪ ਹੀ ਨੂੰ ਤੁਸੀਂ ਕਲਿੱਕ ਕਰੋ ਡਾਊਨਲੋਡ ਕਰੋ ਇੰਸਟਾਲ ਕਰੋ ਜੇ ਅਪਡੇਟ ਕਰਨ ਵਾਲਾ ਤਾਂ ਇਹਨੂੰ ਅਪਡੇਟ ਕਰੋ ਜੀ ਉਸ ਤੋਂ ਬਾਅਦ ਐਦਾਂ ਪੇਜ ਓਕੇ ਹੋ ਜਾਣਾ ਇੱਥੇ ਮੈਨੂੰ ਇਹ ਫੇਸ ਆਈਡੀ ਮੰਗੀ ਕਿਉਂਕਿ ਮੈਂ ਇਹਨੂੰ ਪਹਿਲਾਂ ਪ੍ਰੋਪਰ ਸੈਟਿੰਗ ਕਰ ਲਿਆ ਸੀ ਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸੇ ਹਿਸਾਬ ਦੇ ਨਾਲ ਤੁਸੀਂ ਇਹਦੇ ਵਿੱਚ ਸੈਟਿੰਗ ਕਰ ਸਕਦੇ ਹੋ ਆਪਣਾ ਤੈਸਰਾ ਸਨੀਤਾਰੀਓ ਜਰੂਰ ਚੈੱਕ ਕਰਿਓ ਕੋਈ ਚੀਜ਼ ਫਿਸਕਾਲ ਹੈ ਜੇਕਰ ਇਹਦੇ ਵਿੱਚ ਰਜਿਸਟਰ ਹੋ ਗਿਆ ਜੇ ਨਹੀਂ ਕੀਤਾ ਤਾਂ ਤੁਸੀਂ ਉਹਨੂੰ ਰਜਿਸਟਰ ਜਰੂਰ ਕਰ ਲਿਓ ਥੋੜ ਦੇਖਦੇ ਆ ਜੀ ਤੁਸੀਂ ਇਹਨੂੰ ਕਿਸੇ ਹਿਸਾਬ ਨਾਲ ਸੈਟਿੰਗ ਕਰਦੇ ਹੋ ਜਦੋਂ ਪਹਿਲੀ ਵਾਰ ਖੋਲ੍ਹਦੇ ਹੋ ਤਾਂ ਤੁਹਾਨੂੰ ਸਕਰੀਨ ਇਸ ਤਰ੍ਹਾਂ ਦੀ ਦਿਸਣੀ ਹੈ ਇਹਦੇ ਨਾਲ ਤੁਸੀਂ ਆਪਣਾ ਸਪੀਡ ਦੇ ਨਾਲ ਐਂਟਰ ਹੋ ਸਕਦੇ ਹੋ ਸਪੀਡ ਲਈ ਤੁਹਾਡੇ ਕੋਲ ਅਸੀਂ ਪੋਸਟ ਪੇਜ ਆ ਜਿਹੜਾ ਉਹਨਾਂ ਦੀ ਸਪੀਡ ਯੂਜ਼ ਕੀਤੀ ਹੈ ਉਹ ਸਪੀਡ ਦਾ ਐਂਟਰ ਕਰਨਾ ਤੁਹਾਡੇ ਕੋਲ ਪੋਸਟ ਆਈਡੀ ਹੋਣੀ ਚਾਹੀਦੀ ਹੈ ਨਹੀਂ ਤਾਂ ਤੁਹਾਡੇ ਮੋਬਾਈਲ ਉੱਤੇ ਐਸਐਮਐਸ ਆਊਗਾ ਜੋ 6 ਅੱਖਰਾਂ ਦਾ ਹੋ ਸਕਦਾ ਉਹਦੇ ਨਾਲ ਪਰ ਫਿਲਹਾਲ ਅਸੀਂ ਦਾ ਅੰਦਾਜ਼ਾ ਹੈ ਜੇਕਰ ਤੁਹਾਡੇ ਕੋਲ ਪੋਸਟ ਵਾਲਾ ਪ੍ਰੋਗਰਾਮ ਆ ਤਾਂ ਤੁਸੀਂ ਉਹਦੇ ਨਾਲ ਆ ਦੇਖੋ ਮੇਰੀ ਫੇਸ ਆਈਡੀ ਦੇ ਨਾਲ ਐਂਟਰ ਹੋ ਗਿਆ ਤੇ ਤੁਹਾਨੂੰ ਕੱਲੀ-ਕੱਲੀ ਡਿਟੇਲ ਦੇ ਵਿੱਚ ਹੀ ਦੱਸ ਦਿਆਂ ਜੀ ਕੇਸ ਦੇ ਹਿਸਾਬ ਨਾਲ ਕਿੱਥੇ-ਕਿੱਥੇ ਕੀ ਹੋਣਾ ਜੀ ਜਿਸ ਟਾਈਮ ਇਹ ਐਪਲੀਕੇਸ਼ਨ ਖੋਲ ਜਾਂਦੀ ਹੈ ਜੀ ਇੱਥੇ ਆਕੋ ਸੁਣ ਦਿੱਤਾ ਹੋਇਆ ਜਿਹੜਾ ਇਸ ਤੇ ਤੁਸੀਂ ਕਲਿੱਕ ਕਰਨਾ ਫਿਰ ਇਹਨੇ ਕਹਿਣਾ ਕਿ ਹਾਂ ਜੀ ਤੁਹਾਡਾ ਓਪਨ ਹੋ ਗਈ ਹੈ ਤੁਹਾਨੂੰ ਇੱਕ ਪਾਸਵਰਡ ਮੰਗਣਾ ਜੋ 6 ਅੱਖਰਾਂ ਦਾ ਹੋ ਸਕਦਾ ਤੁਸੀਂ ਕੋਈ ਵੀ ਪਾਸਵਰਡ ਇੱਥੇ ਟਾਈਪ ਕਰ ਸਕਦੇ ਹੋ ਦੋ ਵਾਰ ਪਾਸਵਰਡ ਪਾਸਵਰਡ ਜਿਹੜਾ ਤੁਹਾਡਾ ਟਾਈਪ ਕਰਨਾ ਫਿਰ ਕੰਟੀਨਿਊ ਉੱਤੇ ਕਲਿੱਕ ਕਰਨਾ ਇਹਨੂੰ ਪੁੱਛਣਾ ਤੁਸੀਂ ਫੇਸ ਆਈਡੀ ਜਾਂ ਫਿਰ ਫਿੰਗਰਪ੍ਰਿੰਟ ਲਾਣਾ ਉਹਨੂੰ ਨੀਲੇ ਤੇ ਹੀ ਦਬਾਉਣਾ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਪ੍ਰੋਫਾਈਲ ਆਪਣੀ ਚੈੱਕ ਕਰ ਸਕਦੇ ਹੋ ਮੈਸੇਜ ਜੇ ਕੋਈ ਆ ਤੁਸੀਂ ਉਹ ਚੈੱਕ ਕਰ ਸਕਦੇ ਹੋ ਪੋਸਟ ਦਾ 0 ਹੈ ਤੁਸੀਂ ਇਹਦੇ ਤੇ ਜਦੋਂ ਕਲਿੱਕ ਕਰਨਾ ਤੇ ਇਹਦੇ ਵਿੱਚ ਤੁਹਾਨੂੰ ਦੇਖਦੇ ਕੈਸ਼ਬੈਕ ਲਿਖਿਆ ਆ ਰਿਹਾ ਕੈਸ਼ਬੈਕ ਦੇ ਉੱਤੇ ਸੀ ਜੇ ਤੁਸੀਂ ਕਲਿੱਕ ਕਰਨਾ ਤੇ ਇਹਦੇ ਵਿੱਚ ਅਸੀਂ ਪੂਰੀਆਂ ਡਿਟੇਲਾਂ ਪੜ੍ਹ ਸਕਦੇ ਹਾਂ ਕਿ 31 ਦਸੰਬਰ ਤੱਕ ਤੁਹਾਨੂੰ 1500 ਪਿੱਛੇ 10% ਜੋ ਕਿ 150 ਵਾਪਸ ਆਸਤਾ ਦੇ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਇਹਦੇ ਵਿੱਚ ਗੱਲਾਂ ਜੋ ਤੁਸੀਂ ਪੜ੍ਹ ਸਕਦੇ ਆ ਜੇ ਤੁਸੀਂ ਡਿਟੇਲ ਦੇ ਵਿੱਚ ਜਾਣਨਾ ਚਾਹੁੰਦੇ ਤਾਂ ਉੱਥੇ ਕਲਿੱਕ ਕਰੋ ਕੋਈ ਵੀ ਸਵਾਲ ਜਿਹੜਾ ਤੁਸੀਂ ਜਾਨਣਾ ਉੱਥੇ ਕਲਿੱਕ ਕਰ ਸਕਦੇ ਆ ਉਸ ਤੋਂ ਬਾਅਦ ਇਹਦੇ ਵਿੱਚ ਲਿਮਟਾਂ ਦੱਸੀਆਂ ਗਈਆਂ ਕਿ ਤੁਸੀਂ ਆਨਲਾਈਨ ਜਿਹੜਾ ਸਮਾਨ ਸ਼ਾਪਿੰਗ ਕਰਦੇ ਆ ਉਹ ਵਿੱਚ ਨਹੀਂ ਗਣੀ ਜਿਹੜੀ ਬੋਨੀਫੀਕੋ ਕੀਤੀ ਜਾਂਦੀ ਹੈ ਉਹ ਵੀ ਇਹਦਾ ਹਿੱਸਾ ਨਹੀਂ ਮੰਨਿਆ ਜਾਂਦਾ ਜਾਂ ਫਿਰ ਜਿਹੜਾ ਸੀ ਪਰੇਲੀਏ ਉਹ ਕਰਦੇ ਆ ਆਪਣਾ ਏਟੀਐਮ ਤੋਂ ਜਾ ਕੇ ਪੈਸੇ ਕੱਢਦੇ ਆ ਇਦਾਂ ਉਹ ਵੀ ਇਹਦੇ ਵਿੱਚ ਨਹੀਂ ਮੰਨੇ ਜਾਂਦੇ ਨਹੀਂ ਤਾਂ ਕੋਈ ਬੰਦਾ ਆਪਣੇ ਆਪਣੇ ਹੀ ਅਕਾਊਂਟ ਦੇ ਵਿੱਚ 100-100 ਰੁਪਏ ਜਮ੍ਹਾਂ ਕਰਾ ਕਰਾ ਕੇ 1500 ਜਮ੍ਹਾਂ ਕਰਾ ਕੇ ਬਾਅਦਸ 1500 ਦਾ 150 ਲੈ ਸਕਦਾ ਇਦਾਂ ਵੀ ਤੁਸੀਂ ਨਹੀਂ ਕਰ ਸਕਦੇ ਪ੍ਰੋਪਰ ਤੁਹਾਨੂੰ ਕੋਈ ਚੀਜ਼ ਖਰੀਦਣੀ ਪੈਣੀ ਹੈ ਜਿਹਦੇ ਤੁਹਾਨੂੰ ਪੈਸੇ ਵਾਪਸ ਮਿਲਣਗੇ ਜੀ ਅੱਤੀਵਾ ਕੈਸ਼ਬੈਕ ਉੱਤੇ ਜਦੋਂ ਅਸੀਂ ਕਲਿੱਕ ਕਰਦੇ ਹਾਂ ਸਾਨੂੰ ਆਂਦਾ ਕਿ ਮੇਰੀ ਉਮਰ 18 ਸਾਲ ਤੋਂ ਉੱਤੇ ਹੈ ਮੈਂ ਇਟਲੀ ਦੇ ਵਿੱਚ ਰਹਿ ਰਹੇ ਹਾਂ ਜੀ ਜਿਹੜਾ ਕੈਸ਼ਬੈਕ ਮੈਂ ਯੂਜ਼ ਕਰਨਾ ਉਹ ਮੇਰਾ ਹੀ ਕਾਰਡ ਹੈ ਅਤੇ ਉਸ ਤੋਂ ਬਾਅਦ ਚੌਥੇ ਨੰਬਰ ਤੇ ਲਿਖਿਆ ਹੈ ਜੀ ਕਿ ਤੁਸੀਂ ਇਹ ਜੋ ਪੈਸੇ ਯੂਜ਼ ਕਰਨੇ ਹਨ ਤੁਸੀਂ ਆਪਣਾ ਤੁਹਾਡਾ ਆਪਣਾ ਕਾਰੋਬਾਰਾ ਤੁਸੀਂ ਉਹਦੇ ਲਈ ਸਮਾਨ ਨਹੀਂ ਖਰੀਦਣਾ ਆਪਣਾ ਪਰਸਨ ਜਾਂ ਫਰ ਫੈਮਿਲੀ ਦੇ ਲਈ ਹੀ ਸਮਾਨ ਖਰੀਦੋਗੇ ਦੇ 11ਵਾਂ ਉਹ ਸੋ ਉੱਤੇ ਤੇ ਇਹ ਕਲਿੱਕ ਕਰਦਾ ਨਾ ਕਲਿੱਕ ਕਰ ਦੇਣਾ ਜਾਂ ਫਿਰ ਨੀਲਾ ਬਟਨ ਆ ਉਹਨੂੰ ਦਬਾ ਦੇਣਾ ਉਸ ਤੋਂ ਬਾਅਦ ਅੱਗੇ ਆਣਾ ਉਹਨੇ ਪੁੱਛਣਾ ਤੁਸੀਂ ਆਪਣੀ ਇਥੇ ਈਬਨ ਲਿਖੋ ਆਈਬੀਐਨ ਈਬਨ ਹੁੰਦਾ ਜੀ ਤੁਹਾਡੇ ਕੁਰਦੀ ਨਾ ਤੇ ਬੰਕਾਰੀਏ ਇਹ ਹੁੰਦੀ ਜਿਹਦੇ ਜਿਸ ਨਾਲ ਤੁਹਾਨੂੰ ਇਹ ਉਹੀ ਚੀਜ਼ਾਂ ਜਿਹਦੇ ਨਾਲ ਤੁਹਾਨੂੰ ਬੈਂਕ ਦੇ ਵਿੱਚ ਜਿਹੜਾ 150 ਜਾਂ 100 ਜਿੰਨਾ ਵੀ ਹੈ ਤੁਹਾਨੂੰ ਜਿਹੜੇ ਆ ਪੈਸੇ ਵਾਪਸ ਹੋਣ ਇਸ ਕਰਕੇ ਤੁਹਾਡੀ ਈਬਨ ਇੱਥੇ ਲਿਖਣੀ ਹੈ ਈਬਨ ਹਮੇਸ਼ਾ ਹੀ ਆਈਟੀ ਇਦਾਂ ਤੋਂ ਸ਼ੁਰੂ ਹੁੰਦੀ ਹੈ ਆਈਟੀ 5456789 ਆਈਟੀ 02 2b3 ਐਸੇ ਸਾਧਨ ਹਮੇਸ਼ਾ ਹੀ ਜਿਹੜੀ ਈਵਨ ਆਈਟੀ ਤੋਂ ਸ਼ੁਰੂ ਹੋਣੀ ਹੈ ਜੀ ਫਿਲਹਾਲ ਇਹਨੂੰ ਸੀ ਸਾਲ ਤੱਕ ਕਲਿੱਕ ਕਰਤਾ ਸਾਲ ਤਾ ਹੁੰਦਾ ਕਿ ਮੈਂ ਇਸ ਸਟੈਪ ਬਾਅਦ ਵਿੱਚ ਕਰੂੰਗਾ ਉਸ ਤੋਂ ਬਾਅਦ ਇਹ ਸਾਨੂੰ ਕਹਿ ਰਹੇ ਅਜੁੰਜੀ ਨੂੰ ਮੇ ਤੋਂ ਦੇ ਦੀ ਪਾਗਮੈਂਟ ਤੁਸੀਂ ਪੇਮੈਂਟ ਕਿੱਦਾਂ ਕਰਨੀ ਜੇਕਰ ਤੁਸੀਂ ਆਪਣੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਦੇ ਨਾਲ ਕਰਨੀ ਜਾਂ ਪੋਸਟ ਤੋਂ ਪੇਡ ਨਾ ਕਰਨੀ ਤਾਂ ਤੁਸੇ ਨੂੰ ਇੱਥੇ ਆਪਸ਼ਨ ਦਿੱਤੇ ਗਏ ਨੇ ਕਿ ਤੁਸੀਂ ਕਿੱਥੇ ਕਲਿੱਕ ਕਰ ਸਕਦੇ ਹੋ ਕਾਰਤਾਧਿਕਾਰੀ ਦੀ ਤਾਂ ਤੁਹਾਡੇ ਕੋਲ ਜਿਹੜੀ ਵੀ ਬੈਂਕ ਦਾ ਹੈਗਾ ਉੱਤੇ ਮਾਸਟਰ ਕਾਰਡ ਵਿਜ਼ਾ ਇਹ ਇਹ ਵਾਲੀਆਂ ਚੀਜ਼ਾਂ ਲਿਖੀਆਂ ਹੋਣੀਆਂ ਜਿਹਦੇ ਸੇਮ ਐਗਜ਼ੈਕਟ ਗੱਲ ਹੈ ਜੀ ਆਪਣਾ ਪੋਸਟਪੇਡ ਕਾਰਡ ਜਿਹੜਾ ਵੀ ਕਾਰਡ ਹੋਵੇ ਕਾਰਤਾਧਿਕ੍ਰਿਤੀ ਤੇ ਕਲਿੱਕ ਕੀਤਾ ਪੋਸਟਪੇਡ ਤੇ ਕੀਤਾ ਜਾਂ ਫਿਰ ਕਾਰਤਾ ਬੈਂਕ ਕੋ ਮਾਤਾ ਜਿਹੜਾ ਪਾਗੋ ਬੈਂਕ ਕੋ ਮਾਤਾ ਤੁਹਾਨੂੰ ਬੈਂਕਾਂ ਦੇ ਵਿੱਚੋਂ ਮਿਲਦਾ ਸਿਰਫ ਉਹਦੇ ਵਿੱਚ 20 30 ਜਾਂ 40 ਰੁਪਏ ਰਿਕਾਰੀਕਾ ਕੀਤਾ ਹੁਣ ਤੇ ਉੱਤੇ ਕਲਿੱਕ ਕਰਕੇ ਆਪਣਾ ਜੋ ਵੀ ਤੁਹਾਡੀ ਡਿਟੇਲ ਆ ਸਾਰੀ ਉਹਦੇ ਵਿੱਚ ਫਿਲ ਕਰਨੀ ਹੈ ਤਾਂ ਜੋ ਇਹਦੇ ਵਿੱਚ ਵੀ ਤੁਹਾਨੂੰ ਲਿਖਿਆ ਹੋਣਾ ਕਿ ਕਿੰਨੇ ਤੁਹਾਡੇ ਪੈਸੇ ਬਣਦੇ ਆ ਜਾਂ ਕਿੰਨੇ ਤੁਹਾਡੇ ਪੈਸੇ ਨਹੀਂ ਬਣਦੇ ਤੇ ਆ QR ਦਾ ਕੋਡ ਕੀ ਹੈ ਜੀ ਇਹ ਕੋਡ ਇਹ ਹੈ ਜਿਸ ਟਾਈਮ ਤੁਸੀਂ ਕੋਈ ਸਮਾਨ ਖਰੀਦਦੇ ਆ ਤਾਂ ਉਹਦੇ ਉੱਤੇ ਬਣਿਆ ਹੋਣਾ ਸ਼ਾਇਦ ਪਿੱਛੇ ਇੱਕ QR ਕੋਡ ਉਹਨੂੰ ਤੁਸੀਂ ਵਿੱਚ ਕੈਮਰੇ ਤੇ ਲੈਣਾ ਤੇ ਤੇ ਆਟੋਮੈਟਿਕ ਆਟੋਮੈਟਿਕ ਚੜ ਜਾਣਾ ਤੁਸੀਂ 100 ਰੁਪਏ ਦਾ ਸਮਾਨ ਖਰੀਦਦੇ ਆ ਤੁਹਾਨੂੰ 1 ਰੁਪਿਆ ਵਾਪਸ ਆ ਰਿਹਾ ਸੀ ਕਿੱਦਾਂ ਦੀ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਸਾਨੂੰ ਲਿਖ ਕੇ ਜਰੂਰ ਦੱਸਿਓ ਸੀ ਤੇ ਮਿਲਾਂਗੇ ਸ਼ਾਮ ਦੇ ਅਪਡੇਟ ਦੇ ਵਿੱਚ